ਫੇਰ ਸ਼ੂਟ ਕਰਨ ਵਾਸਤੇ ਅੱਜ ਤੇ ਅੱਜ ਜਿਹੜੀ ਵੀਡੀਓ ਹੋਈ ਸੀਗੀ ਤੇ ਉਹ ਸਾਨੂੰ ਬੜੀ ਖੁਸ਼ੀ ਜੀ ਮਿਲੀ ਆ ਜਿਹੜੀ ਕੱਲ ਵੀਡੀਓ ਬਣਾਈ ਆ ਉਹ ਹੋ ਗਈ ਆ 2-2.5 ਘੰਟੇ ਮਤਲਬ 2-2.5 ਘੰਟੇ ਜੀ 3-4 ਵਿਊ 3-4 ਹਜ਼ਾਰ 3-4 ਹਜ਼ਾਰ 3500 ਵਿਊਜ਼ ਹੋ ਗਏ ਘੰਟੇ ਡੇਢ ਘੰਟੇ ਜੀ ਤੇ ਬਹੁਤ ਖੁਸ਼ੀ ਹੋਈ ਜੀ ਪਹਿਲੀ ਵਾਰੀ ਸਾਨੂੰ ਇੱਦਾਂ ਹੋਇਆ ਵੀ ਤਾਂ 4-5 ਦਿਨ ਲੱਗ ਜਾਂਦੇ 3000 ਤੱਕ ਪਹੁੰਚ ਲੱਗਾ ਤੇ ਬਾਕੀ ਹੁਣ ਅਸੀਂ ਜਾ ਰਹੇ ਹਾਂ ਰੱਬ ਭਲਾ ਕਰੇ ਨਵੀਂ ਲੋਕੇਸ਼ਨ ਤਾਂ ਨਹੀਂ ਲੋਕੇਸ਼ਨ ਤਾਂ ਉਹੀ ਏਰੀਏ 'ਚ ਜਾਵਾਂਗੇ ਲੇਕਿਨ ਲੋਕੇਸ਼ਨ ਕੋਈ ਦੂਸਰੀ ਵੇਖਾਂਗੇ ਅਤੇ ਕੈਮਰਾਮੈਨ ਆਫੀਸ਼ੀਅਲ ਕਰਨ ਉਹ ਵੀ ਇੱਥੇ ਫਿਰਨ ਡਿਆ ਵਾ ਕਿਤੇ ਫੋਨ ਕਰ ਉਹਨੂੰ ਠੀਕ ਹੈ ਜੀ ਡਰੈਸ ਅਪ ਲਾਲ ਟੀ ਸ਼ਰਟ ਅਤੇ ਤੁਹਾਨੂੰ ਫਿਰ ਅੱਗੇ ਅੱਗੇ ਦਿਖਾਉਂਦੇ ਹਾਂ ਜੀ ਠੀਕ ਹੈ ਜੀ ਹੁਣ ਅਸੀਂ ਮੀਨਾ ਬਾਜ਼ਾਰ 'ਚ ਪਹੁੰਚੇ ਹਾਂ ਮੀਨਾ ਬਾਜ਼ਾਰ ਤੁਹਾਨੂੰ ਥੋੜ੍ਹਾ ਜਿਹਾ ਲੋਕੇਸ਼ਨ ਦਾ ਥੋੜ੍ਹੇ ਦਰਸ਼ਨ ਜਿਹਾ ਕਰਾ ਲਈਏ ਇੱਥੋਂ ਇਹ ਦੁਕਾਨਾਂ ਦੁਕਾਨਾਂ ਦੇ ਕਿੱਥੇ ਸਨੀ ਕਿੱਥੇ ਸਨੀ ਬੜੌਦਾ ਬਾਈ ਬੈਂਕ ਵਾਲੀ ਗਲੀ ਫਸਟ ਟਾਈਮ ਆਈ ਹਰਡ ਅਬਾਊਟ ਦੈਟ ਬੋਨਟੋਨ ਵਾਲੀ ਸਾਈਡ ਜਾਂਦੇ ਜਿਹੜਾ ਥੋੜਾ ਪਿੱਛੇ ਬੈਂਕ ਵਾਲੀ ਗਲੀ ਕਿ ਉਹਨਾਂ ਕੋ ਬੋਨਟੋਨ ਦੇ ਸਾਹਮਣੇ ਵਾਲੀ ਗਲੀ ਸੂਰਜ ਦੀ ਦੁਕਾਨ ਵਾਲੀ ਗਲੀ ਕਿਹਨੇ ਕਹਿੰਦੇ ਕਿ ਉਹ ਜਿਹੜੀ ਐਕਸਚੇਂਜ ਆ ਨਾਲ ਉਹਦੇ ਗੱਡੀ ਡਾਨੋ ਦੇ ਨਾਲ ਐਕਸਚੇਂਜ ਆ ਜਿਹੜੀ ਉੱਥੇ ਬੈਂਕ ਵਾਲੀ ਨਹੀਂ ਹੋਣੀ ਫਿਰ ਆਹ ਹੋਣੀ ਆ ਐਕਸਚੇਂਜ ਵਾਲੀ ਆ ਉਹ ਰਹੀ ਐਕਸਚੇਂਜ ਬਦਤਮੀਜ਼ ਇਨਸਾਨ ਕਹਿੰਦਾ ਜੀ ਜਿਹੜਾ ਦਾ ਨਾਲ ਬੈਂਕ ਵਾਲੀ ਗਲੀ ਬੈਂਕ ਇੱਥੇ ਹੈ ਜੀ ਐਕਸਚੇਂਜ ਆ ਐਕਸਚੇਂਜ ਨੂੰ ਬੈਂਕ ਕਹੀ ਜਾਂਦਾ ਇਹ ਬਦਤਮੀਜ਼ ਇਨਸਾਨ ਸਮਝਦੇ ਤੁਸੀਂ ਗਏ ਹੋਗੇ ਆਹ ਐਕਸਚੇਂਜ ਆ ਕਿਹੜੀ ਬੈਂਕ ਵਾਲੀ ਗਲੀ ਹਾਂ ਕਿਹੜੀ ਐਕਸਚੇਂਜ ਵਾਲੀ ਗਲੀ ਬੈਂਕ ਕਹੀ ਜਾਣਾ ਵਾ ਹਾਂਜੀ ਗਾਇਸ ਆ ਵੇਖ ਲਓ ਜੀ ਇਹ ਪਜਾਮਾ ਚੇਂਜ ਕਰਨ ਗਿਆ ਸੀ ਟੀ ਸ਼ਰਟ ਚੇਂਜ ਕਰ ਗਿਆ ਹੈਗਾ ਬਤਵੀਂ ਤੇ ਬਸ ਹੁਣ ਜਾ ਰਹੇ ਹਾਂ ਵੀਡੀਓ ਸ਼ੂਟ ਗੈਰੀ ਸੰਧੂ ਦੇ ਸੌਂਗ ਦਾ ਕੀ ਬਾਤ ਹੈ ਭਾਈ ਬਹੁਤ ਵਧੀਆ ਗਾਣਾ ਵਾ ਉਸ ਤੋਂ ਵਧੀਆ ਸਾਡੀ ਕੋਰੀਓਗ੍ਰਾਫੀ ਆ ਹਾਲੇ ਬਣਾਉਣੀ ਆ ਜਿਹੜੀ ਵੇਖ ਲਓ ਜੀ ਸਵੇਰੇ ਤੇ ਤੁਸੀਂ ਰਾਤ ਨੂੰ ਵੇਖਿਆ ਕਈ ਵਾਰੀ ਸਵੇਰੇ ਦੇਖੋ ਜੀ ਰੌਣਕਾਂ ਹੀ ਰੌਣਕਾਂ ਨੇ ਮਿੱਤਲ ਵੀ ਆ ਰਿਹਾ ਹੈ ਦੇਖੋ ਜੀ ਆ ਸਾਰੇ ਮਤਲਬ ਇੱਥੇ ਕਿੰਨੀ ਕਰਾਊਡ ਆ ਪੈ ਰਿਹਾ ਆਪਾਂ ਸ਼ੂਟ ਕਰੀਏ ਪਹਿਲਾਂ
ਇੱਕ ਓਰੀਓ ਬਣ ਗਈ ਆ ਟੇਕ ਲਈਏ ਇੱਕ ਆਪਾਂ ਆ ਦੇਖੋ ਜੀ ਇੱਥੇ ਸਾਰੇ ਮੋਸਟਲੀ ਇੱਥੇ ਨੇਪਾਲੀ ਨੇ ਇਹਨੂੰ ਮਤਲਬ ਨੇਪਾਲੀ ਪਾਰਕ ਦਾ ਨਾਮ ਦਿੱਤਾ ਗਿਆ ਆ ਠੀਕ ਹੈ ਜੀ ਇੱਥੇ ਆਉਂਦੇ ਨੇ ਆਪਣੇ ਟਿਕਟੋਕ ਸਟਾਰ ਦੇਖੋ ਜੀ ਟਿਕਟੋਕ ਉਹ ਅੰਦਰ ਤਾਂ ਅਸੀਂ ਬਹੁਤ ਜ਼ਿਆਦਾ ਬਣ ਰਹੀਆਂ ਟਿਕਟੋਕਾਂ ਦੇਖੋ ਜੀ ਟਿਕਟੋਕ ਹਾਏ ਹਾਏ ਦੇਖਿਆ ਕਿਆ ਬਾਤ ਹੈ ਐਂਡੀ ਕਰਾਤੀ ਹੈ ਐਂਡੀ ਕਰਾਤੀ ਐਂਡੀ ਕਰਾਤੀ ਵਾਇਰਲ ਹੋ ਜਾਣੀ ਇਹਦੀ ਵੀਡੀਓ ਵੀ ਹੈਲੋ ਗਾਇਸ ਆ ਗਏ ਆ ਜੀ ਫਿਰ ਇੱਕ ਤੋਂ ਵਾਰੀ ਹੋਰ ਅਤੇ ਡਨ ਹੋ ਗਈ ਜੀ ਵੀਡੀਓ ਸਾਡੀ ਵਧੀਆ ਹੋ ਗਈ ਆ ਸੋਹਣੀ ਹੋ ਗਈ ਆ ਪਹਿਲਾਂ ਜ਼ਿਆਦਾ ਲਾਈਟ ਸੀਗੀ ਅਤੇ ਪ੍ਰੋਬਲਮ ਪੈ ਰਹੀ ਸੀਗੀ ਪਰਛਾਵੇਂ ਦੀ ਧੁੱਪ ਦੀ ਬਹੁਤ ਜ਼ਿਆਦਾ ਜੇ ਧੁੱਪੇ ਕਰਦੇ ਸੀਗੇ ਤਾਂ ਇੱਕ ਤਾਂ ਇਹਦਾ ਪਰਛਾਵਾਂ ਪੈਂਦਾ ਸੀਗਾ ਸਾਡੇ ਕੈਮਰਾਮੈਨ ਦਾ ਅਤੇ ਜਿਹੜੀ ਸਾਡੀ ਅੱਖਾਂ 'ਚ ਧੁੱਪ ਪੈਂਦੀ ਸੀਗੀ ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਆਹ ਛਾਂ ਜੀ ਹੋਈ ਮਤਲਬ ਥੋੜ੍ਹੇ ਜਿਹੇ ਸੂਰਜ ਡੁੱਬਿਆ ਅਤੇ ਫਿਰ ਆਪਣਾ ਕੰਮ ਓਕੇ ਹੋ ਗਿਆ ਕਿੱਦਾਂ ਫਿਰ ਠੀਕ ਆ ਹਾਂ ਵਧੀਆ ਹੋ ਗਈ ਨਾ ਐਂਡ ਹੋ ਗਈ ਹਾਂ ਵੇਖੋ ਲਈ ਸਨਲਾਈਟ ਦਿਖਣ ਡੇ ਆ ਵੇਖੋ ਸਨਲਾਈਟ ਅਤੇ ਬਸ ਬਾਕੀ ਇਹੀ ਆ ਸੁੱਤੇ ਨਹੀਂ ਆ ਵੇਖੋ ਆਹ ਵਾ ਇੱਥੇ ਆ ਸਨਲਾਈਟ ਪੈਂਦੀ ਮੂੰਹ ਦੇ ਉੱਤੇ ਸਿੱਧੀ ਘੁੰਮ ਘੁੰਮ ਕਰਦੀ ਅਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਵੀ ਕਰੋ ਯਾਰ ਮੰਨਿਆ ਕਰੋ ਯਾਰ ਅਸੀਂ ਇਸ ਕੀ ਹਾਲੇ ਇੱਥੇ ਫਿਰਦੇ ਪਏ ਹਾਂ ਜਦੋਂ ਥੋੜ੍ਹਾ ਜਿਹਾ ਕੰਮ ਓਕੇ ਚੱਕਿਆ ਯੂਟਿਊਬ 'ਤੇ ਚੱਕਿਆ ਗਿਆ ਆਪਾਂ ਫਿਰ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਦੁਬਈ ਦੇ ਵਿੱਚ ਵਧੀਆ ਵਧੀਆ ਘੈਂਟ ਘੈਂਟ ਦੇਖਿਓ ਸਹੀ ਹੈ ਜੀ ਅਤੇ ਬਸ ਤੁਸੀਂ ਕਰਦੇ ਰਹੋ ਚੱਕਦੇ ਰਹੋ ਕੰਮ ਨੂੰ ਸ਼ੇਅਰ ਵੀ ਕਰੋ ਵੀਡੀਓਜ਼ ਵਗੈਰਾ ਦੇਖ ਲਓ ਜੀ ਕਿਆ ਵਾਹ ਐਂਡ ਗਰਾਊਂਡ ਆ ਮੁੰਡਾ ਰਾਹੁਲ ਓਕੇ ਜੀ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਹੋਰ ਨਜ਼ਾਰੇ ਇੱਥੋਂ ਦੇ ਜਨਤਾ ਕੀ ਕਰਨ ਡੀ ਆ ਟਿਕਟੋਕ ਸਟਾਰਸ ਬਹੁਤ ਨੇ ਇੱਥੇ ਓਕੇ ਓਕੇ ਹਲੋ ਜੀ ਦੇਖੋ ਜੀ ਦੇਖੋ ਦੇਖੋ ਨਜ਼ਾਰੇ ਲੱਗੇ ਪਏ ਨੇ ਇਹ ਦੇਸ਼ ਇਹਨਾਂ ਦੇ ਰਹਿਣ ਸਹਿਣ ਯੋਗ ਨਹੀਂ ਇੱਥੇ ਜੀ ਇਹਨਾਂ ਨੇ ਦਾਰੂ ਪੀ ਕੇ ਫੁੱਲ ਲੜਨਾ ਹੁੰਦਾ ਇਹਨਾਂ ਨੇ ਕੁੜੀਆਂ ਹੋਣ ਮੁੰਡੇ ਹੋਣ ਸਾਰੇ ਜਣੇ ਇਹਨਾਂ ਨੇ ਇੱਦਾਂ ਹੀ ਬਸ ਪੀ ਪੀ ਦਾਰੂ ਰਾਤ ਸਾਰੀ ਸੁੱਤੇ ਰਹਿਣਾ ਸਵੇਰੇ 4-5 ਵਜੇ ਨਾਲ ਉੱਠ ਕੇ ਜਾਂਦੇ ਕੰਮਾਂ 'ਤੇ ਲੇਕਿਨ ਉਹ ਇੱਥੇ ਪੁਲਿਸ ਵਾਲਾ ਜ਼ਿਆਦਾ ਮਾਰਦੇ ਨਾ ਛਾਪੇ ਛੁਪੇ ਹੈ ਨਾ ਇਹ ਸਾਡੇ ਟੂਰ ਗਾਈਡ ਸਨੀ ਜੀ ਸਨੀ ਕਰਨ ਫਰੋਮ ਕੈਨੇਡਾ ਬ੍ਰੋ ਆ ਦੇਖੋ ਜੀ ਖਜੂਰਾਂ ਦੇ ਬੇੜ ਹਾਂ ਸੁੱਟਦੇ ਸੁੱਟਦੇ ਕਿੱਦਾਂ ਕਿੱਦਾਂ ਮੈਂ ਕਿਹਾ ਵੀ ਟੈਲੈਂਟ ਹੈ ਵੀਡੀਓ ਐਡਿਟ ਕਰਨਾ ਕਿੱਦਾਂ ਹੋਲਡ ਕਰਨਾ ਕੈਮਰਾ ਦਾ ਐਡਿਟ ਨਹੀਂ ਸਾਲਾ ਸ਼ੂਟ ਸ਼ੂਟ ਕਰਨਾ ਥੋੜੀ ਜਿਹੀ ਹੁਣ ਇਸ ਸਾਡੇ ਪਰਮੇਸ਼ ਵਰਮਾ ਜੀ ਇਹ ਸਾਰਾ ਸਾਰਾ ਕ੍ਰੈਡਿਟ ਗੋਸ ਟੂ ਕਰਨ ਫਰੋਮ ਕੈਨੇਡਾ ਹਾਂ ਆਫੀਸ਼ੀਅਲ ਕਰਨ ਦੀ ਆਈਡੀ ਹੈ ਇਹਨੂੰ ਫੋਲੋ ਕਰੋ ਆਫੀਸ਼ੀਅਲ 뮤직 ਕਰਨ ਆਫੀਸ਼ੀਅਲ 뮤직 ਕਰਨ ਫੋਲੋ ਕਰੋ ਚਲੀਏ ਚੱਲਾਂ ਵਾ ਜਾਣਾ ਵਾ ਤਾਂ ਦਫਾ ਹੋ ਜਾ ਅੱਡੀਆਂ ਥੁੱਕ ਲਾ ਤਾਂ ਨਿਕਲ ਜਾਣਾ ਉਹਨੂੰ ਫੋਲੋ ਕਰੋ ਹਾਂ ਰਾਹੁਲ ਡੋਲ ਬੀਟਸ DXB ਫੋਲੋ ਕਰੋ ਹਾਂ ਚੱਲ ਨਿਕਲ ਜਾ ਬਾਏ ਆ ਵੇਖੋ ਜੀ ਜਨਤਾ ਆ ਗਈ ਉਹ ਤੇ ਅਜ਼ਾਨ ਹੋ ਗਈ ਆ ਦੇਖੋ ਜੀ ਆਹ ਜੰਡ ਜਿੱਥੇ ਮਿਰਜ਼ਾ ਵੱਢਿਆ ਸੀ ਇਹ ਜੰਡ ਥੱਲੇ ਮਿਰਜ਼ਾ ਵੱਢਿਆ ਸੀ ਜਿਸ ਜੰਡ ਥੱਲੇ ਆ ਫਿਰ ਚਲੀਏ ਹਾਂ ਹਾਂ ਵਿਛੜੇ ਬੜੇ ਚਿਰ ਆਹ ਵਾ ਸ਼ੋਲੇ ਫਿਲਮ ਵਾਲੀ ਜਿਹੜੀ ਬਸੰਤੀ ਦੀ ਗੱਡੀ ਸੀ ਉਹਨੂੰ ਮੋਡੀਫਾਈ ਕਰਕੇ ਇਹਨਾਂ ਨੇ ਬੱਗੀ ਬਣਾਤੀ ਆ ਆ ਵੇਖੋ ਜੀ ਵੀਡੀਓ ਸ਼ੂਟ ਆਲਰੇਡੀ ਵੀਡੀਓ ਸ਼ੂਟ ਹੋ ਰਿਹਾ ਟਿਕਟੋਕ ਸਟਾਰ ਸਾਰੇ ਨੇ ਆਇਆ ਉਹ ਤਾਂ ਸਾਹਮਣੇ ਵੀਡੀਓ ਬਣਾਈ ਆ ਰੱਬ ਰੇ ਦੀ ਇਹ ਬੜੀ ਬੜੀ ਆਏ ਆ ਰਾਤ ਨੂੰ ਆਏ ਆ ਨਾ ਆ ਵੇਖੋ ਜੀ ਨਜ਼ਾਰੇ ਲੱਗੇ ਪਏ ਨੇ ਤੀਆਂ ਲੱਗੀਆਂ ਪਈਆਂ ਨੇ ਵਾਓ ਦੇਖੋ ਜੀ ਆ ਦੇਖੋ ਜੀ ਜਿਸੇ ਉਹਨੂੰ ਪਾਣੀ ਚੜ੍ਹ ਜਾਂਦਾ ਹੁਣ ਕੰਮ ਹੋ ਗਿਆ ਨਾਲੇ ਇਹ ਇੱਕ ਇਨਫੋਰਮੇਸ਼ਨ ਦੇਣੀ ਸੀ ਤੁਹਾਨੂੰ ਆਹ ਗਵਰਨਮੈਂਟ ਵਾਲੀਆਂ ਬਾਈਕ ਵਗੈਰਾ ਲੱਗੀਆਂ ਨੇ ਮੈਟਰੋ ਸਟੇਸ਼ਨ ਮਾਰ ਇਹਦੇ ਵਿੱਚ ਤੁਸੀਂ ਮਤਲਬ ਕਰੀਮ ਵਾਲਿਆਂ ਦੀਆਂ ਨੇ ਇੱਥੇ ਤੁਸੀਂ ਉਹ ਕਰਕੇ ਇੱਥੇ ਤੁਸੀਂ ਸ਼ੇਅਰ ਕਰਕੇ ਜਿੱਦਾਂ
ਬਹੁਤ ਵਧੀਆ ਬਾਈਕ ਚੱਲਦੀਆਂ ਨੇ ਉਧਰ ਸਿਰ ਮੱਥਾ ਮਾਰਦੇ ਹੋਏ ਨਾ ਦੇਖੋ ਜੀ ਇੱਥੇ ਪੇਮੈਂਟ ਪੇਮੈਂਟ ਕਾਰਡ ਪੇਮੈਂਟ ਕਰਕੇ ਤੁਸੀਂ ਅਤੇ ਬਾਈਕ ਅਨਲੋਕ ਹੋਣੀ ਆ ਅਤੇ ਕੋਈ 75 ਪਤਾ ਨਹੀਂ ਇੱਦਾਂ ਕੋਈ ਹਿਸਾਬ ਨਾਲ ਦਿੰਦੇ ਆ ਵੀਕਲੀ 75 ਕਿ ਕਿੱਦਾਂ ਕਰਕੇ ਕੁਛ ਦੇਖੋ ਜੀ ਬਾਈਕ ਕਰੀਮ ਬਾਈਕ ਫੋਰਚੂਨਰ ਹੈ ਜਿੱਦਾਂ ਟੂਰਿਸਟ ਆਉਂਦੇ ਇਹਨਾਂ ਨੂੰ ਤੁਰਨਾ ਪੈਂਦਾ ਅਤੇ ਬਾਈਕ ਵਗੈਰਾ ਲੈ ਕੇ ਅਤੇ ਆਪਣਾ ਕਿਤੇ ਵੀ ਘੁੰਮ ਫਿਰ ਸਕਦੇ ਨੇ ਬਹੁਤ ਵਧੀਆ ਸਿਸਟਮ ਦਿੱਤਾ ਇੱਥੇ ਦੇਖੋ ਜੀ ਟਿਕਟੋਕ ਸਟਾਰ ਇੱਥੋਂ ਪੀਣੀਆਂ 'ਚ ਯਾਰ ਬਹਿਣਾ ਆ ਕਿਤੇ ਵਧੀਆ ਜਗ੍ਹਾ 'ਤੇ ਆ ਜੀ ਖਜੂਰ ਆ ਇਹ ਉਹ ਖਜੂਰ ਆ ਕਹਿੰਦਾ ਨਹੀਂ ਆ ਖਜੂਰ ਪੇਟਕਾ ਆਸਮਾਨ 'ਤੇ ਗਿਰਾ ਔਰ ਖਜੂਰ ਪੇਟਕਾ ਆਹ ਖਜੂਰ ਆ ਹਾਂਜੀ ਦੇਖੋ ਜੀ ਬਹੁਤ ਬਿਊਟੀਫੁਲ ਇਸ ਟਾਈਮ ਨਾ ਇੱਥੇ ਵੀਡੀਓ ਸ਼ੂਟ ਵਗੈਰਾ ਬਹੁਤ ਜ਼ਬਰਦਸਤ ਹੁੰਦਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਟਾਈਮ ਇੱਥੇ ਆਇਆ ਕਰੋ ਅਤੇ ਵੀਡੀਓ ਸ਼ੂਟ ਕਰਿਆ ਕਰੋ ਅਤੇ ਵਾਇਰਲ ਹੋਇਆ ਕਰੋ ਅਤੇ ਪੈਸੇ ਕਮਾਇਆ ਕਰੋ ਕੋਈ ਟੈਨਸ਼ਨ ਨਹੀਂ ਬਸ ਫਿਕਰ ਕਰੋ ਅਤੇ ਬਾਕੀ ਹੁਣ ਜਾ ਕੇ ਆਪਾਂ ਚਾਹ ਪੀਵਾਂਗੇ ਚਾਹ ਪੀ ਕੇ ਨਾਲ ਅਸੀਂ ਵੀਡੀਓ ਐਡੀਟਿੰਗ ਕਰਨੀ ਆ ਥੋੜ੍ਹੀ ਜਿਹੀ ਵਲੋਗ ਦੀ ਜਿਹੜਾ ਕੱਲ੍ਹ ਪਰਸੋਂ ਤੱਕ ਵਲੋਗ ਆ ਉਹਦੀ ਸਹੀ ਹੈ ਜੀ ਆਹ ਦੇਖੋ ਜੀ ਪਿੱਛੇ ਤੁਸੀਂ ਜਿੱਦਾਂ ਦੇਖ ਰਹੇ ਹੋਵੋਗੇ ਕਿ ਟਿਕਟੋਕ ਵੀਡੀਓ ਫੋਟੋਗ੍ਰਾਫਰ ਸਾਰਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਦੇਖੋ ਜੀ ਆ ਦਿਨ ਦੇ ਟਾਈਮ ਤੁਸੀਂ ਪਹਿਲੀ ਵਾਰ ਆਏ ਹੋ ਉੱਦਾਂ ਤੁਸੀਂ ਆਉਂਦੇ ਰਹੇ ਹੋ ਪਹਿਲਾਂ ਵੇਖੋ ਜੀ ਉਹ ਵੇਖੋ ਜੀ ਸੈਲਫੀਆਂ ਵੀਡੀਓ ਫੋਟੋ ਸਭ ਕੁਝ ਚੱਲਣ ਡਿਆ ਇੱਥੇ ਚਲੋ ਜੀ ਬਾਏ ਬਾਏ ਮਿਲਦੇ ਹਾਂ ਹੁਣ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੈਪੀ ਨਿਊ ਈਅਰ ਲਵ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਆ ਗਿਆ ਬਸ ਓਕੇ ਜੀ ਬਾਏ ਬਾਏ